ਏ ਆਕਾਸ਼ਵਾਨੀ ਜੰਮੂ ਹੈ ਉਨਤਸ ਅਭਿਲਾਸ਼ਾ ਸ਼ਰਮਾ ਕੋਲਾ ਖਬਰਾਂ ਸੁਨੋ ਪ੍ਰਧਾਨ ਮੰਤਰੀ ਹੁੰਦੇ ਦਫਤਰ ਚ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਅਗਵਾਈ ਚ ਪਿਛਲੇ 9 ਬਰਿਆਂ ਦੌਰਾਨ ਮੁਲਖਾ ਚ ਬੇਮਿਸਾਲ ਵਿਕਾਸ ਦੇਖਿਆ ਗਿਆ ਹੈ ਜੋ ਮੂਜੋ ਮੀਡੀਆ ਨੇ ਕਹਨੇ ਗੱਲਬਾਤ ਕਰਦੀ ਉਹਨੇ ਆਖਿਆ ਜੇ ਰਾਸ਼ਟਰੀ ਸੁਰੱਖਿਆ ਦੇ ਖੇਤਰ ਚ ਜਿੱਥੇ ਭਾਰਤ 214 ਸਾਲ ਪਹਿਲੇ ਹਥਿਆਰ ਆਯਾਤ ਕਰਦਾ ਹ ਉਹਨ ਬਖ ਬਖ ਮੁਲਕਾਂ ਚ ਹਥਿਆਰ ਦਾ ਨਿਰਯਾਤ ਕਰਾਰਦਾ ਹੈ ਦੂਵੇਂ ਖੇਤਰ ਚ ਵੀ ਭਾਵੇਂ ਉਹ ਨਿਰਯਾਤ ਹੋਵੇ ਜਾਂ ਰੋਜ਼ਗਾਰ ਮੁਲਕਾਂ ਚ ਬੜਾ ਮਤਾ ਸੁਧਾਰ ਦਿਖਣੇ ਕੀ ਲੱਭਾ ਕਰਦਾ ਹੈ ਤੇ ਯੁਵਾ ਆਪਣੇ ਉਜਵਲ ਪਵਿਕ ਪ੍ਰਤੀ ਅੱਗੇ ਬਦਾਰ ਦੇਣਾ ਤੇ ਸਟਾਰਟਅਪਸ ਦੇ ਤੌਰ ਪਰ ਨਵੇਂ ਖੇਤਰਾਂ ਚ ਖੋਜ ਕਰਾਰ ਦੇਣਾ ਕਿ ਜੇ ਸਟਾਰਟਅਪਸ ਇਨੋਵੇਸ਼ਨ ਚ ਭਾਰਤ ਤ੍ਰਿਏ ਥਾਰਾ ਪਰ ਹੈ ਕੇਂਦਰੀ ਮੰਤਰੀ ਉਹਨੇ ਆਖਿਆ ਜੇ ਉਹਨੇ ਵਿਦੇਸ਼ਾਂ ਚ ਵੀ ਭਾਰਤ ਦਾ ਮਾਨ ਵਧ ਗਿਆ ਹੈ ਕਿਉਂਕਿ ਭਾਰਤ ਤੇਜ਼ੀ ਨਾਲ ਗਲੋਬਲ ਇਨੋਵੇਸ਼ਨ ਦੀ ਪਹਿਲ ਕਦਮੀਆਂ ਪਰ ਅੱਗੇ ਵਧੀ ਜਾ ਕਰਦਾ ਹੈ ਡਾਕਟਰ ਸਿੰਘ ਹੋਰੇ ਅੱਗੇ ਆਖਿਆ ਜੇ ਨਰਿੰਦਰ ਮੋਦੀਓਂ ਦੀ ਗਵਾਈ ਚ ਸਰਕਾਰ ਨੇ ਸਮਾਜ ਦੇ ਹੇਠਲੇ ਤਬਕਿਆਂ ਦੇ ਜੀਵਨ ਕੀ ਬਿਹਤਰ ਬਣਾਉਣੇ ਆਸਤਾ ਹੈ ਕਈ ਗੈਂ ਪੁੱਟੀਆਂ ਨੇ ਤੇ ਉਹਦਾਗੇ ਨਤੀਜਾ ਹੈ ਜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਔਸਤਨ ਤੌਰ ਪਰ ਰੋਜ਼ਾਨਾ 11 ਯਾਰ ਕਰ ਗਰੀਬ ਲਈ ਬਣਾਇਆ ਜਾ ਕਰ ਦੇਨ ਫੌਜ ਦੇ ਉੱਤਰੀ ਕਮਾਂਡ ਦੇ ਅਧਿਐਕਸ਼ ਲੈਫਟਨੈਂਟ ਜਨਰਲ ਉਪੇਂਦਰ ਦਿਵੇਦੀ ਹੋਰੇ ਕਲ ਪੁਂਚ ਜ਼ਿਲ੍ਹੇ ਦੇ ਪਿੰਬਰਗਲੀ ਇਲਾਕੇ ਦਾ ਦੌਰਾ ਲਾਇਆ ਜਿੱਥੇ ਜੰਦੇ ਵੀਰਵਾਰੇ ਅਤਿਨਕਵਾਦੀਆਂ ਇੱਕ ਫੌਜੀ ਟਰੱਕ ਉੱਪਰ ਘਾਤ ਲਾਈ ਹੈ ਅਮਲਾ ਕਰਿਆ ਪੰਜ ਫੌਜੀਆਂ ਗੇ ਸ਼ਹੀਦ ਕਰ ਦਿੱਤਾ ਹ ਉਹਨੇ ਸੀਮਾ ਵਰਤੀ ਇਲਾਕੇ ਚ ਸੁਰੱਖਿਆ ਲਾਤ ਤੇ ਇਸ ਅਮਲੇ ਚ ਸ਼ਾਮਲ ਅਤਿਨਕਵਾਦੀਆਂ ਗੀ ਫਗੜਨੇ ਲਈ ਚਲਾਰ ਦੇ ਅਭਿਆਨ ਦਾ ਵਿਆਪਕ ਜਾਇਜ਼ਾ ਲੇਤਾ ਬੀਐਸਐਫ ਦੇ ਡਾਇਰੈਕਟਰ ਜਨਰਲ ਐਸਐਲ ਥਾਉਸੇਨ ਤੇ ਏਡੀਜੀਪੀ ਮੁਕੇਸ਼ ਸਿੰਘ ਸਮੇਤ ਕਈ ਸੀਨੀਅਰ ਸੁਰੱਖਿਆ ਅਧਿਕਾਰੀ ਤੇ ਰਾਸ਼ਟਰੀ ਸੁਰੱਖਿਆ ਗਾਰਡਨ ਦੀ ਇੱਕ ਟੀ ਉਸ ਥਾਰ ਦਾ ਦੌਰਾ ਲਾਇਆ ਜਿਹੜੇ ਕਨੇ ਜੰਗਲਿੰਗ ਕਨੇ ਕਨੋਏ ਦਾ ਹੈ ਸਾਡੇ ਪੁஞ்ச ਸੰਵਾਦ ਦਾ ਤਾ ਅਨੁਭਵ ਮਿਸਰੀ ਉਹਨੇ ਦੱਸਿਆ ਜੋ ਜੰਮੂ ਪੁஞ்ச ਰਾਸ਼ਟਰੀ ਜਨਰੈਲੀ ਸ਼ਿਰਕਾ ਪਰ ਪਿੰਬਰ ਗਲੀ ਤੇ ਪਾਂਟਾ ਤੂਰੀਆਂ ਬਿਸ਼ਕਾਰ ਤਰੋਂ ਦਿਨੇ ਮਗਰਾ ਗੱਡੀਆਂ ਦੀ ਆਵਾਜ਼ਾਂ ਹੀ ਬਾਲ ਕਰ ਦਿੱਤੀ ਗਈ ਹੈ ਜਿਹੜੀ ਅਤੰਕਵਾਦੀ ਅਮਲੇ ਕਾਰਨ ਬੰਦ ਕੀਤੀ ਗਈ ਸੀ ਤਰਤ ਵਿਗਿਆਨ ਸਰਬੰਧੀ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਆਸਿਆ ਸ਼ੁਰੂ ਕੀਤੇ ਗਏ ਦੇ ਲਾਈਫ ਯਾਨੀ ਪਰਿਆਵਰਣ ਲਈ ਜੀਵਨ ਸ਼ੈਲੀ ਅੰਦੋਲਨ ਕੁਦਰਤ ਕੰਨੇ ਸਾੜਾ ਤਾਲ ਮਿਲ ਬਣਾਈਏ ਰੱਖਣੇ ਦੀ ਸੰਸਕ੍ਰਿਤੀ ਮੁਤਾਬਕ ਪਵਿੱਖ ਤੱਕ ਰੋਣੇ ਵਾਲੇ ਵਿਕਾਸ ਦੀ ਅੱਗੇ ਵਧਾਣੇ ਲਈ ਪ੍ਰਤੀਬੱਧ ਹੈ ਤਰਤ ਵਿਗਿਆਨ ਮੰਤਰਾਲੇ ਆਸਿਆ ਆਯੋਜਿਤ ਇੱਕ ਕਾਰਜਕ੍ਰਮ ਦੀ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਹੋਰੇ ਆਖਿਆ ਜੇ ਪਰਿਆਵਰਣ ਲਈ ਜੀਵਨ ਸ਼ੈਲੀ ਵਾਲਾ ਇਹ ਅਭਿਆਨ ਪਰਿਆਵਰਣ ਦੀ ਧਿਆਨ ਵਿੱਚ ਰੱਖਦੇ ਹੋਏ ਆਪਣੀ ਜੀਵਨ ਸ਼ੈਲੀ ਦੀ ਵਿਅਤੀਤ ਕਰਨੇ ਦੀ ਬੜਾਵਾ ਦਿੰਦਾ ਹੈ ਜਿਹੜੀ ਬਗੈਰ ਉਤ ਸਮਝ ਤੇ ਬੇਕਾਰ ਖਪਤ ਦੇ ਬਜਾਏ ਸੋਚੀ ਸਮਝੀ ਹੈ ਇਸੇ ਲਈ ਟੰਗਿਆਂ ਨੇ ਇਸਤੇਮਾਲ ਕਰਨੇ ਪਰ ਧਿਆਨ ਦਿੰਦੀ ਹੈ ਡੋਡਾ ਦੇ ਡੀਡੀਸੀ ਚੇਅਰਮੈਨ ਹਨਨਤਰ ਸਿੰਘ ਹੋਰੇ ਕਲ ਗੁਟਾਸਾਂ ਚ ਪੰਚਾਇਤ ਘਰ ਦਾ ਉਦਘਾਟਨ ਕੀਤਾ ਪੰਚਾਇਤ ਘਰ ਦੇ ਮੁਕੰਮਲ ਹੋਣੇ ਪਰ ਖੁਸ਼ੀ ਜ਼ਾਹਿਰ ਕਰਦੇ ਹੋਏ ਉਥੋਂ ਦੇ ਮਕਾਮੀ ਲੋਕੇ ਡੋਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਸ ਮੌਕੇ ਉਪਰ ਬੀਡੀਸੀ ਚੇਅਰਮੈਨ ਉਮੀ ਚੰਦ ਡੋਡਾ ਦੇ ਏਸੀਡੀ ਫੁਲੈਲ ਸਿੰਘ ਪਰ ਦਰਵਾਦੇ ਬੀਡੀਓ ਸੁਨੀਲ ਕੁਮਾਰ ਸਮੇਤ ਪੰਚਾਇਤੀ ਰਾਜ ਇਦਾਰੇ ਦੇ ਕਈ ਅਧਿਕਾਰੀ ਵੀ ਉਥੇ ਮੌਜੂਦ ਹੈ ਅੱਜ ਜਗੇ ਹੋਈ ਦੀ ਭਾਰੀ ਬਰਖਾ ਤੇ ਓਲੇ ਪੋਣੇ ਕਾਰਨ ਉਦਮਪੁਰ ਜ਼ਿਲ੍ਹੇ ਚ ਫਲ ਸਬਜ਼ੀ ਦੀਆਂ ਫਸਲਾਂ ਕੀ ਮਤਾ ਨੁਕਸਾਨ ਪੁੱਜਿਆ ਹੈ ਜ਼ਿਲ੍ਹੇ ਦੇ ਹੋਰਨੇ ਗਰਾਿਆਂ ਦੇ ਅਲਾਵਾ ਪੰਚੈਰੀ ਮੰਗਰੀ ਚ ਸਯੂ ਖੁਬਾਨੀ ਆੜੂ ਨਾਸ਼ਪਤੀ ਤੇ ਖਰੋਟ ਦੀਆਂ ਫਸਲਾਂ ਕੀ ਵੀ ਮਤਾ ਨੁਕਸਾਨ ਪੁੱਜਿਆ ਹੈ ਇਹਦੇ ਕੰਨੇ ਗਏ ਹਰੀ ਮਿਰਚ ਟਮਾਟਰ ਬੈਂਗਨ ਤੇ ਸ਼ਿਮਲਾ ਮਿਰਚ ਦੀਆਂ ਨਰਸਰੀਆਂ ਕੀ ਵੀ ਤਕਰੀਬਨ 50 ਫੀਸਦੀ ਨੁਕਸਾਨ ਪੁੱਜਨੇ ਦੀ ਖਬਰ ਹੈ ਪੰਜਾਬ ਪੁਲਸ ਨੇ ਵਾਰਿਸ ਪੰਜਾਬ ਦੇ ਸੰਗਠਨ ਦੇ ਕੱਟੜ ਸੋਚ ਵਾਲੇ ਲੀਡਰ ਅਮਰਿਤਪਾਲ ਸਿੰਘ ਨੂੰ ਅਜਬੜਲੇ ਪੰਜਾਬ ਦੇ ਮੋਗਾ ਜ਼ਿਲ੍ਹਾ ਥਾਮਾ ਗ੍ਰਿਫਤਾਰ ਕਰੇ ਲਿਆਤਾ ਜਿਹੜਾ ਇਸ ਬਾਰੇ ਦੇ ਮਾਰਚ ਮਹੀਨੇ ਥਾਮਾ ਗਿਆ ਪਘੋੜਾ ਹ ਇੱਕ ਟਵੀਟ ਰਾਹੀਂ ਇਸ ਗੱਲ ਦੀ ਪੁਸ਼ਟੀ ਕਰਦੂਈ ਪੰਜਾਬ ਪੁਲਸ ਨੇ ਲੋਕਾਂ ਥਾਮਾ ਰਾਜ ਦੀ ਸ਼ਾਂਤੀ ਤੇ ਅਮਨ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਸੇ ਵੀ ਅਫਵਾਹ ਉੱਪਰ ਭਰੋਸਾ ਨਹੀਂ ਕਰਨ ਲਈ ਆਖਿਆ ਹੈ ਪਿਛਲੇ 24 ਘੰਟਿਆਂ ਦੇ ਅੰਤਰਾਲ ਮੁਲਖਾਚ ਕੋਵਿਡ-19 ਦੇ 112 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਸਿਹਤ ਮੰਤਰਾਲੇ ਦਾ ਅੰਕੜਾ ਹੈ ਜੇ ਇਸੇ ਦੌਰਾਨ 9833 ਲੋਕ ਕੋਵਿਡ ਤੋਂ ਮਾਮਲਬੀ ਹੋਏ ਨੇ ਇਸ ਲਈ ਮੁਲਖਾਚ ਦੇ 67806 ਸਕਿਰਿਆ ਮਾਮਲੇ ਨੇ ਤੇ ਕੋਵਿਡ ਤੋਂ ਮਾਮਲ ਨਰੋਇਓ ਨੇ ਦਰਦਾਰ ਇਸ ਲਈ 98.6% ਹੈ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਜੋ ਕੱਲ ਕੋਵਿਡ ਦੇ 11 ਨਵੇਂ ਮਾਮਲੇ ਦਰਜ ਕੀਤੇ ਗਏ ਤੇ ਇਹ ਸੱਬੇ ਮਾਮਲੇ ਜੰਮੂ ਖੇਤ ਤਥਮਨ ਇਸ ਲਈ ਜੰਮੂ ਕਸ਼ਮੀਰ ਜੋ ਕੋਵਿਡ ਦੇ ਸਕਰੀਏ ਮਾਮਲੇ ਦੀ ਗਿਣਤਰੀ 494 ਹੈ ਜਿੰਦੇ ਚ 237 ਜੰਮੂ ਖੇਤ ਤੇ 257 ਕਸ਼ਮੀਰ ਘਾਟੀ ਥਮਨ ਤਿਰੰਦਾਜ਼ੀ ਵਿਸ਼ਵ ਕੱਪ 2023 ਦੀ ਪਹਿਲੀ ਸਟੇਜ 'ਚ ਭਾਰਤ ਅੱਜ ਤੁਰਕੀ ਦੇ ਅੰਟਾਲਿਆ 'ਚ ਤ੍ਰਿਏ ਸੁੰਨੇ ਦੇ ਤਗਮੇ ਲਈ ਲੜੋਗ ਭਾਰਤੀ ਪੁਰਸ਼ ਰਿਕਰਵ ਟੀਮ ਚ ਅਤਨੁਦਾਸ, ਧੀਰਜ ਬੋਮਾਦੇਵਰਾ ਤੇ ਤਰੁੰਬੀ ਪ੍ਰਾਇ ਦਾ ਮੁਕਾਬਲਾ ਚੀਨੀ ਟੀਮ ਕੰਨੇ ਭਾਰਤੀ ਸਮੇਂ ਮਤਾਬਕ ਦੁਪਹਿਰੀ 1:10 ਮਿੰਟੇ ਪਰੋਗ ਇਹਦੇ ਕੰਨੇ ਗਏ ਖਬਰਿੰਦਾਇ ਬੁਲੇਟਨ ਸਮਾਪਤ ਹੋਆ